ਪੰਚਾਇਤ ਮੈਂਬਰ ਮੌਜੂਦਾ ਪਿੰਡ ਮੁੱਠੀਆਂ ਵਾਲੇ ਦਾ। ਹਾਂਜੀ ਹਾਂਜੀ। ਤੇ ਕੀ ਮਸਲਾ ਆੜਾ? ਮਸਲਾ ਜੀ ਇਹ ਰਸਾਲ ਸਿੰਘ ਸਨ ਕਰਮ ਸਿੰਘ ਜੋ ਪਿੱਛੇ ਹਾੜ ਆਏ ਸੀ, ਇਹਦੇ ਨਾਲ ਇਹਦੀ ਆ ਤਕਰੀਬਨ 4 acres ਜ਼ਮੀਨ ਹੈ ਜਿਹਦੇ 'ਚ 4-4, 5-5 foot ਰੇਤ ਚੜ੍ਹੀ ਹੋਈ ਆ। ਅਤੇ ਅਸੀਂ ਪ੍ਰਸ਼ਾਸਨ ਅੱਗੇ ਵੀ ਗੁਹਾਰ ਲਾਈ ਆ। ਇਹ ਰਵਾਇਤੀ ਪਾਰਟੀਆਂ ਜਿਹੜੀਆਂ 12,000 rupees ਮੁਆਵਜ਼ਾ ਦਿੰਦੀਆਂ ਪ੍ਰਤੀ ਏਕੜ ਦਾ, ਅਤੇ ਹੁਣ 6,800 rupees ਮੁਆਵਜ਼ਾ ਉਹਦੇ ਲਈ ਵੀ ਪੂਰਾ ਸੰਘਰਸ਼ ਕਰਨਾ ਪਿਆ, ਯਾਨੀ ਕਿ 6,800 ਗੇੜਾ ਮਾਰ ਲਿਆ, ਪਰ ਇਹਦੀ ਵਿਚਾਰੇ ਦੀ ਕੋਈ ਸੁਣਵਾਈ ਨਹੀਂ ਹੋਈ। ਅਤੇ ਮੈਂ ਪ੍ਰਸ਼ਾਸਨ ਨੂੰ ਅਤੇ ਮੰਤਰੀ ਲਾਲਜੀਤ ਨੂੰ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਗਰੀਬ ਲੋਕਾਂ ਦੀ ਬਾਂਹ ਫੜੀ ਜਾਵੇ। ਕਿੰਨੀਆਂ ਜ਼ਮੀਨ ਜਿਹੜੀ ਇਹਦੀ ਖਰਾਬ ਹੋ ਚੁੱਕੀ? ਇਹਦੀ ਜ਼ਮੀਨ ਜੀ ਤਕਰੀਬਨ 4 acres ਜ਼ਮੀਨ ਦੀ। ਇਹਦੀ ਹੋਰ ਵੀ ਹੈਗੀ ਜ਼ਮੀਨ ਇਕੱਲੀ? ਨਾ ਬਸ ਇਹੀ ਆ ਜੀ, ਇਹਦੇ 'ਚ ਝੋਨਾ ਲੱਗਾ ਸੀ, ਉਹ ਆ ਤੁਹਾਡੇ ਸਾਹਮਣੇ ਉਹ ਮਾਰਿਆ ਗਿਆ। ਹੁਣ ਤਾਂ ਇਹਨੇ ਕਣਕ ਇੱਕ ਮੁੱਠ ਕਣਕ ਵੀ ਨਹੀਂ ਬੀਜੀ ਹੋਈ। ਅਤੇ ਕੀ ਮੰਗ ਕਰੋਗੇ ਹੁਣ ਤੁਸੀਂ? ਮੰਗ ਇਹੀ ਸਮਾਜ ਸੇਵੀ ਜਥੇਬੰਦੀਆਂ ਅਤੇ ਮੈਂ ਪ੍ਰਸ਼ਾਸਨ ਨੂੰ ਜਿਹੜਾ ਮੇਨ ਹੈ ਕਿ ਜਿਵੇਂ ਇਹਨਾਂ 6,800 rupees ਸਾਰਿਆਂ ਨੂੰ ਦਿੱਤਾ ਹੈ, ਅਤੇ ਇਹਦੇ ਵਿੱਚੋਂ ਜਿਹੜੇ ਲੋੜਵੰਦ ਇਹੋ ਜਿਹੇ ਵਿਚਾਰੇ ਗਰੀਬ ਲੋਕ ਰਹਿਣ ਦੇ ਜਿਨ੍ਹਾਂ ਦੀ ਅਪਰੋਚ ਨਹੀਂ, ਜਿਹੜੇ ਅਪਰੋਚ ਵਾਲੇ ਬੰਦੇ ਉਹ ਵੱਧ ਵੀ ਪਵਾ ਗਏ, ਪਰ ਜਿਨ੍ਹਾਂ ਦਾ ਹੱਕ ਬਣਦਾ ਉਹ ਰਹਿ ਗਏ ਆ। ਫਿਰ ਘਰ ਦਾ ਇਹਨਾਂ ਦਾ ਗੁਜ਼ਾਰਾ ਜਿਹੜਾ ਕਿਸ ਤਰ੍ਹਾਂ ਚੱਲਦਾ? ਘਰ ਦਾ ਗੁਜ਼ਾਰਾ ਜੀ ਕੀ ਦੱਸਾਂ ਮੈਂ ਹੁਣ, ਮੈਨੂੰ ਤਾਂ ਇਹਨਾਂ ਦੇ ਨਾ ਹਾਲਾਤ ਬੜੇ ਤਰਸਯੋਗ ਲੱਗਦੇ। ਵਿਚਾਰਾ ਸਪਰੇਅ ਦਾ ਕੰਮ ਕਰਦਾ, ਕਦੀ ਕੰਮ ਨਹੀਂ ਕੀਤਾ, ਦਿਨੇ ਸਪਰੇਅ ਕਰਕੇ ਅਤੇ ਆਪਦਾ ਗੁਜ਼ਾਰਾ ਚਲਾਉਂਦਾ। ਭੂੰਡਾ ਖਰੀਦਿਆ ਉਹਨੇ 6,000 ਦਾ ਸੈਕਿੰਡ ਹੈਂਡ, ਤੋਂ ਉਹਦੇ ਨਾਲ ਸਪਰੇਅ ਕਰਕੇ ਆਪਦਾ ਘਰ ਪਾਲਣ ਦਿਆ ਹੈ। ਕਿੰਨੇ ਬੱਚੇ ਇਹਦੇ? ਇਹਦੇ 3 ਆ ਜੀ। ਬੱਚੇ ਵੀ ਵੇਖਿਆ? ਛੋਟੇ ਛੋਟੇ ਬੱਚੇ? ਹਾਂਜੀ ਬਿਲਕੁਲ ਛੋਟੇ ਛੋਟੇ ਜੀ। ਤੇ ਕੀ ਹੁਣ ਮੰਗ ਕਰੋਗੇ ਆਪਣੇ? ਮੰਗ ਮੈਂ ਤਾਂ ਜੀ ਹੱਥ ਜੋੜ ਕੇ ਨਹੀਂ, ਮੈਂ ਤਾਂ ਝੋਲੀ ਅੱਡ ਕੇ ਕਹਿੰਦਾ ਵੀ ਇਹੋ ਜਿਹੇ ਗਰੀਬ ਜਿਹੜੇ ਇਹਨਾਂ ਦਾ ਪੂਰਾ ਸਾਥ ਦੇਵੇ ਸਮਾਜ ਸੇਵੀ ਜਥੇਬੰਦੀਆਂ, ਪ੍ਰਸ਼ਾਸਨ ਵੀ ਇਹਨਾਂ ਦਾ ਸਾਥ ਦੇ ਕੇ ਇਹਨਾਂ ਦਾ ਚਲੋ ਕੋਈ ਥੋੜ੍ਹਾ ਬਾਤਾ ਇਹਨਾਂ ਦਾ ਹੋ ਜੇ ਜਿਹਦੇ ਨਾਲ ਰੇਤ ਚੁੱਕੀ ਜਾਵੇ, ਅਤੇ ਇਹਨਾਂ ਦਾ ਚਲੋ ਕਣਕ ਦਾ ਸੀਜ਼ਨ ਵੀ ਤਕਰੀਬਨ ਲੰਘ ਹੀ ਗਿਆ, ਹੁਣ ਇਹਨਾਂ ਦੇ ਪੱਠੇ ਪੁੱਠੇ ਬੀਜੇ ਜਾਣ। ਕੀ ਨਾਂ ਹੈ ਵੀਰ ਜੀ ਆਪਣਾ? ਹਰਸਾਲ ਸਿੰਘ। ਤੇ ਪਿੰਡ ਕਿਹੜਾ? ਮੁੱਠਿਆਂ ਵਾਲਾ। ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਸਾਡੀ ਜਿਹੜੀ ਜ਼ਮੀਨ ਹੈ ਖਰਾਬ ਹੋ ਚੁੱਕੀ ਆ? ਹਾਂਜੀ, ਇਹ ਬਾਰੇ ਵੀ ਪੰਚਾਇਤ ਮੈਂਬਰ ਸਾਡੇ ਜਿੰਨੇ ਪਿੰਡ ਦਾ ਸਹਿਯੋਗ ਆ, ਜਿੰਨੇ ਜੋਗੇ ਭੈਣ ਭਰਾ ਮਦਦ ਕਰਦੇ ਆਪਣੀ ਪਿੰਡ ਦੇ। ਹਾਂਜੀ, ਅਤੇ ਸਰਕਾਰ ਨੇ 1,800 rupees ਵੀ ਖਾਤੇ 'ਚ ਜਿਹੜਾ ਨਹੀਂ ਪਾਇਆ। ਕਿੰਨੀ ਜ਼ਮੀਨ ਤੁਹਾਡੀ ਇੱਥੇ? 4 acres। 4 acres ਆ? ਹਾਂਜੀ। ਅਤੇ ਕਮਾਈ ਦਾ ਕੋਈ ਸਾਧਨ ਹੈਗਾ? ਹੋਰ ਨਹੀਂ, ਕਮਾਈ ਦਾ ਕੋਈ ਸਾਧਨ ਨਹੀਂ, ਬਹੁਤ ਔਖਾ ਕੰਮ ਆ। ਤੇ ਫਿਰ ਘਰ ਦਾ ਗੁਜ਼ਾਰਾ ਕਿਸ ਤਰ੍ਹਾਂ ਚੱਲਦਾ? ਗੁਜ਼ਾਰਾ ਇਦਾਂ ਦਿਹਾੜੀ ਦਾ ਪਾਸ ਸਪਰੇਅ ਦਾ ਕੰਮ ਚਲਾ ਕੇ, ਬਹੁਤ ਔਖਾ। ਕਿੰਨੇ ਬੱਚੇ ਤੁਹਾਡੇ? ਹਾਂਜੀ 3 ਆ। ਜਿਹੜੇ ਛੋਟੇ ਛੋਟੇ ਬੱਚੇ ਆ ਤੁਹਾਡੇ ਯਾਰ? ਹਾਂਜੀ। ਤੇ ਕੀ ਮੰਗ ਕਰੋਗੇ ਹੁਣ ਪ੍ਰਸ਼ਾਸਨ ਤੋਂ ਤੇ ਪੰਜਾਬ ਸਰਕਾਰ? ਅਸੀਂ ਇਹਨੇ ਵੀ ਜਿੰਨੇ ਜੋਗਾ ਭੈਣ ਭਰਾ ਮੌਕਾ ਵੇਖ ਕੇ ਇੱਥੇ ਆ ਕੇ ਹਾਲਾਤ ਵੇਖ ਕੇ ਬਹੁਤ ਜ਼ਿਆਦਾ ਮਾੜੇ ਆ, ਕੋਈ ਮਦਦ ਜਿੰਨੇ ਜੋਗਾ ਕੋਈ ਭੈਣ ਭਰਾ ਕਰੇ। ਕਿ NRI ਵੀਰ ਨੇ ਮਦਦ ਨਹੀਂ ਕੀਤੀ ਤੁਹਾਡੀ ਕੋਈ? ਨਹੀਂ, ਕਿਸੇ ਨੇ ਨਹੀਂ ਕੀਤੀ ਹੈ ਜੀ। ਕੀ ਅਪੀਲ ਕਰੋਗੇ NRI ਵੀਰਾਂ ਨੂੰ ਅਤੇ ਜਿਹੜੇ ਆਪਣੇ ਜਥੇਬੰਦੀਆਂ? ਕੀ ਕਰੋ? ਅਸੀਂ ਚਾਹੁੰਦੇ ਵੀ ਜਿੰਨੇ ਜੋਗਾ ਭੈਣ ਭਰਾ ਕੋਈ ਵੀ ਮਦਦ ਪੈੜੀ ਪੱਧਰ ਹੋ ਜਾਵੇ, ਗਾਂਹ ਕੋਈ ਆਪਦੀ ਆਸ ਹੋ ਜਾਵੇ ਪੈੜੀ ਦੇ ਸਿਰ 'ਤੇ, ਗਾਂਹ ਕਮਾਈ ਦਾ ਸਾਧਨ ਬਣ ਜਾਵੇ। ਜਿਹੜੀ ਜ਼ਮੀਨ ਪੱਧਰ ਕਰਨ ਦੀ ਇਕੱਲੀ ਜਿਹੜੀ ਤੁਸੀਂ ਕਹਿੰਦੇ ਸੇਵਾ ਕਰਨ ਕੋਈ ਨਾ? ਹਾਂਜੀ ਹਾਂਜੀ। ਅਤੇ ਕੋਈ ਪੈਸਿਆਂ ਦੀ ਕੋਈ ਡਿਮਾਂਡ ਨਹੀਂ ਆ ਕਿ ਇਕੱਲੀ ਜ਼ਮੀਨ ਹੀ ਕੀਤੀ ਜਾਵੇ? ਹਾਂਜੀ, ਜ਼ਮੀਨ ਬਣ। ਜੇਕਰ ਕਿਸੇ ਨੇ ਜ਼ਮੀਨ ਪੱਧਰੀ ਕਰਨੀ ਹੋਵੇ ਤਾਂ ਤੁਹਾਡਾ ਫੋਨ ਨੰਬਰ ਕਿੰਨਾ ਹੈ? 9464472796। ਇੱਕ ਦੁਬਾਰਾ ਦੱਸ ਦਿਓ। 9464472796। ਪਿੰਡ ਦਾ ਨਾਂ ਦੱਸ ਦਿਓ ਦੁਬਾਰਾ। ਪਿੰਡ ਮੁੱਠਿਆਂ ਵਾਲਾ ਜੀ। ਤਹਿਸੀਲ ਕਿਹੜੀ ਆ? ਤਹਿਸੀਲ ਪੱਟੀ, ਜ਼ਿਲ੍ਹਾ ਤਰਨ ਤਾਰਨ। ਅਤੇ 4 acres ਜ਼ਮੀਨ ਆ ਜਿਹੜੀ? ਅਤੇ ਕਿਹੜਾ ਪਿੰਡ ਆ? ਮੁੱਠਿਆਂ ਵਾਲਾ। ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਜ਼ਮੀਨ ਜਿਹੜੀ ਆ ਤੁਹਾਡੀ ਖਰਾਬ ਹੋ ਚੁੱਕੀ ਆ? ਅਤੇ ਕਹਿਣਾ ਚਾਹੁੰਦੇ ਅਸੀਂ ਵੀ ਅਸੀਂ ਇਹ ਸਾਡੇ ਕੋਲ ਵੀ ਅਸੀਂ ਤਾਂ ਇਸ ਵਕਤ ਤੁਹਾਡੇ ਤੋਂ
ਹੱਥ ਜੋੜਦੇ ਬੇਨਤੀ ਸਾਡੇ ਗਾੜੀ ਵੀ ਤੁਹਾਡੀ ਗਾੜੀ ਵੀ ਅਸੀਂ ਤੇ ਬਹੁਤ ਤੰਗ ਇਸ ਵਕਤ ਤੋਂ ਤੁਸੀਂ ਖੰਡ ਚਾਹ ਤੋਂ ਵੀ ਤੰਗ ਜੋ ਜਿਸ ਤਰ੍ਹਾਂ ਸਾਡੇ ਤੇ ਇੱਕ ਕੇਸ ਚੱਲਦਾ ਇੱਕ ਸਾਡੀ ਪੈਲੀ ਵੀ ਖਰਾਬ ਹੋ ਗਈ ਤੇ ਸਾਡੀ ਅਜੇ ਤੱਕ ਕਿਸੇ ਨੇ ਪਾ ਨਹੀਂ ਪੜੀ। ਹਾਂਜੀ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ? ਨਾ ਕੋਈ ਮਦਦ ਨਹੀਂ ਸਰਕਾਰ ਨੇ ਕੀਤੀ। ਉਹਨਾਂ ਨੇ ਕਿਹਾ ਜਿਹੜਾ 6800 ਰੁਪਇਆ ਜਿਹੜਾ ਖਰਾਬਾ ਦਿੱਤਾ ਉਹ ਮੁਆਵਜ਼ਾ ਸਾਨੂੰ ਨਹੀਂ ਅਜੇ ਮਿਲਿਆ। ਨਹੀਂ ਮਿਲਿਆ? ਨਾ ਪਟਵਾਰੀ ਕੋਲ ਗਏ ਤੁਸੀਂ? ਪਟਵਾਰੀ ਕੋਲ ਜਿਸ ਤਰ੍ਹਾਂ ਸਾਨੂੰ ਆਉਂਦੇ ਰਹੇ ਅਸੀਂ ਖਾਤੇ ਜਿਸ ਤਰ੍ਹਾਂ ਸਾਨੂੰ ਆਉਂਦੇ ਰਹੇ ਆ ਵੀ ਆਹ ਪਾਰਟੀ ਵਾਲੇ ਉਹ ਉਸ ਤਰ੍ਹਾਂ ਹੀ ਸਾਰੇ ਜਿਸ ਤਰ੍ਹਾਂ ਆਉਂਦੇ ਰਹੇ ਸਾਨੂੰ ਵੀ ਖਾਤੇ ਦੇ ਦਿਓ ਅਸੀਂ ਖਾਤੇ ਦਿੰਦੇ ਰਹੇ ਹਾਂ ਐਂਟਰੀਆਂ ਵੀ ਪਵਾ ਕੇ ਦਿੱਤੀਆਂ ਪਰ ਨਹੀਂ ਸਾਡਾ ਮਸਲਾ ਹੱਲ ਹੋਇਆ। ਕਿੰਨੇ ਗੇੜੇ ਪਟਵਾਰੀ ਕੋਲ ਮਾਰੇ ਆ? ਪਟਵਾਰੀ ਕੋਲ ਅਸੀਂ ਇਸ ਵਕਤ ਬੜੇ ਗੇੜੇ ਮਾਰੇ। ਹਾਂਜੀ ਹਾਂਜੀ ਤੇ ਕੀ ਮੰਗ ਕਰੋਗੇ ਹੁਣ ਤੁਸੀਂ? ਮੰਗ ਇਹੋ ਹੀ ਅਸੀਂ ਇਹਨੇ ਭੈਣ ਭਰਾਵਾਂ ਗਾੜੀ ਆ ਤਾਂ ਬੇਨਤੀ ਸਾਡੀ ਵੀ ਜੇ ਸਾਡੀ ਬਾਂਹ ਕੋਈ ਫੜੇ ਗਰੀਬਾਂ ਦੀ ਇਸ ਵਕਤ ਅਸੀਂ ਬਹੁਤ ਤੰਗ ਆ ਕਿ ਜ਼ਮੀਨ ਜਿਹੜੀ ਆ ਉਹ ਪੱਧਰੀ ਕਰਕੇ ਦਿੱਤੀ ਜਾਵੇ। ਹਾਂ ਇਸੇ ਪੈਰੀ ਤੋਂ ਆਪਾਂ ਸਾਡੇ ਬੰਦੇ ਗਏ ਸੀ ਅਤੇ ਉਹ ਬੰਦਿਆਂ ਦਾ ਵੀ ਅਜੇ ਸਾਡਾ ਕੇਸ ਚੱਲਣ ਡਿਆ ਭਾਈ। ਹਾਂਜੀ ਤਾਂ ਅਸੀਂ ਇਹਨੇ ਵੀ ਜਿੰਨੇ ਯੋਗਾ ਕਿ ਭੈਣ ਭਰਾ ਸਾਡੀ ਬਾਂਹ ਫੜੇ ਗਰੀਬਾਂ ਦੀ ਅਸੀਂ ਬਹੁਤ ਤੰਗ ਅਸੀਂ ਬਹੁਤ ਥੱਲੇ ਲੱਗੇ ਹਾਂ ਜਿੰਨੇ ਯੋਗਾ ਕੋਈ ਸਾਡੀ ਬਾਂਹ ਫੜੇ।